ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 15 ਅਤੇ 16 ਮਾਰਚ ਨੂੰ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰ ਸ਼ੋਰ ਨਾਲ ਜਾਰੀ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਅਤੇ ਉਸਦੇ ਆਸ ਪਾਸ ਦੇ ਰਾਜਾਂ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਇੱਥੇ ਪਹੁੰਚਣਗੇ। PAU ਦੇ ਡਾਕਟਰ ਗੁਰਮੀਤ ਸਿੰਘ ਬੁੱਟਰ ਦੇ ਮੁਤਾਬਕ ਇਸ ਕਿਸਾਨ ਮੇਲੇ 'ਚ ਕਿਸਾਨ ਭੈਣ ਭਰਾ ਆ ਕੇ ਜਿੱਥੇ ਖੇਤੀ ਉਦਯੋਗ, ਖੇਤੀ ਸਮੱਗਰੀ, ਖੇਤੀ ਸਾਹਿਤ ਅਤੇ ਖੇਤ ਪ੍ਰਦਰਸ਼ਨੀਆਂ ਦੇਖ ਸਕਣਗੇ, ਉੱਥੇ ਹੀ ਉਹ ਪੌਦਿਆਂ ਨਾਲ ਜੁੜੇ ਰੋਗਾਂ, ਮਿੱਟੀ ਪਾਣੀ ਦੀ ਪਰਖ ਅਤੇ ਹੋਰ ਤਕਨੀਕੀ ਜਾਣਕਾਰੀ ਵੀ ਹਾਸਲ ਕਰ ਸਕਣਗੇ। ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਵੱਖ ਵੱਖ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ ਹੈ। ਜਿਹੜਾ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੱਲ੍ਹ ਤੋਂ ਭਾਵ 15 ਮਾਰਚ ਅਤੇ 16 ਮਾਰਚ ਮਨਾਉਣ ਜਾ ਰਹੇ ਹਾਂ, ਉਹਦੇ ਵਾਸਤੇ ਸਾਡੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅਤੇ ਤਕਰੀਬਨ 350 ਤੋਂ 400 ਤੱਕ ਵੱਖ ਵੱਖ ਜਿਹੜੇ ਅਦਾਰੇ ਅਤੇ ਸਾਡੇ ਯੂਨੀਵਰਸਿਟੀ ਦੇ ਜਿਹੜੇ ਮਹਿਕਮੇ ਹੈ ਉਹ ਸਟਾਲ ਲਾ ਰਹੇ ਆ ਅਤੇ 1,00,000 ਤੋਂ ਜ਼ਿਆਦਾ ਸਾਡੇ ਨਾ ਸਿਰਫ ਪੰਜਾਬ ਅਤੇ ਨਾ ਦੇ ਸੂਬਿਆਂ ਤੋਂ, ਗੁਆਂਢੀ ਜਿਹੜੇ ਸੂਬੇ ਹੈ ਹਰਿਆਣਾ, ਯੂਪੀ, ਰਾਜਸਥਾਨ, ਉੱਥੋਂ ਜਿਹੜੇ ਕਿਸਾਨ ਦੇ ਪਹੁੰਚਣ ਦੀ ਉਮੀਦ ਹੈ। ਜਿੱਥੋਂ ਤੱਕ ਇਹ ਕਿਸਾਨ ਮੇਲੇ ਦਾ ਸਵਾਲ ਹੈ, ਇਹਦੇ 'ਚ ਅਸੀਂ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਉੱਨਤ ਜਿਹੜੀ ਆਉਣ ਵਾਲੀ ਸਾਉਣੀ ਦੀ ਫਸਲ ਹੈ ਉਹਨਾਂ ਦੇ ਬੀਜ ਮੁਹੱਈਆ ਕਰਾਂਗੇ। ਉਸ ਤੋਂ ਇਲਾਵਾ ਵੱਖ ਵੱਖ ਸਾਡੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ ਖੇਤਾਂ ਦੀਆਂ, ਉਹਨਾਂ 'ਚ ਜਿਹੜੇ ਕਿਸਾਨ ਵੀਰ ਸਾਡੇ ਸਾਇੰਸਦਾਨਾਂ ਨਾਲ ਰੂਬਰੂ ਹੋਣਗੇ, ਉਹਨਾਂ ਨਾਲ ਜਾਣਕਾਰੀ ਲੈਣਗੇ ਉਹਨਾਂ ਤੋਂ ਅਤੇ ਆਪਣੇ ਵਿਚਾਰ ਉਹਨਾਂ ਨੂੰ ਦੱਸਣਗੇ। ਇਸ ਤੋਂ ਇਲਾਵਾ ਇੱਕ ਟੈਕਨੀਕਲ ਸੈਸ਼ਨ ਅਸੀਂ ਆਯੋਜਿਤ ਕਰਦੇ ਹਾਂ ਸਟੇਜ 'ਤੇ, ਉੱਥੇ ਕਿਸਾਨ ਵੀਰ ਜਿਹੜੇ ਉਹਨਾਂ ਦੇ ਕੋਈ ਮਨ 'ਚ ਜਿਹੜੇ ਸਵਾਲ ਹੁੰਦੇ ਆ ਉਹ ਪੁੱਛਦੇ ਆ ਅਤੇ ਮੌਕੇ 'ਤੇ ਜਿਹੜੇ ਕਿਸਾਨ ਵੀਰ ਉਹ ਜਵਾਬ ਦਿੰਦੇ ਆ। ਇਸ ਤੋਂ ਇਲਾਵਾ ਜਿਹੜਾ ਇਸ ਸਾਲ ਅਸੀਂ ਜਿਹੜਾ ਕਿਸਾਨ ਮੇਲਾ ਹੈ ਉਹਦਾ ਆਦੇਸ਼ ਰੱਖਿਆ ਵੀ ਜਿਣਸਾਂ ਤੋਂ ਉਤਪਾਦ ਵਧਾਈਏ, ਖੇਤੀ ਮੁਨਾਫਾ ਹੋਰ ਵਧਾਈਏ, ਭਾਵ ਵੀ ਅਸੀਂ ਜਿਹੜੀ ਪੈਦਾਵਾਰ ਬਹੁਤ ਕਰ ਰਹੇ ਹਾਂ ਪਰ ਸਾਡਾ ਜਿਹੜਾ ਮੁਨਾਫੇ ਨੂੰ ਹੋਰ ਵਧਾਉਣ ਵਾਸਤੇ ਉਹਨਾਂ ਜਿਹੜੀ ਪੈਦਾਵਾਰ ਆ ਉਹਨਾਂ ਦੇ ਵੱਖ ਵੱਖ ਜਿਹੜੇ ਉਤਪਾਦ ਬਣਾ ਕੇ ਅਸੀਂ ਖੁਦ ਮਾਰਕੀਟਿੰਗ ਕਰੀਏ ਤਾਂ ਕਿ ਜਿਹੜਾ ਵਿਚਲਾ ਜਿਹੜਾ ਪਾੜਾ ਹੈ ਜਿਹੜੇ ਹੋਰ ਵਿੱਚੋਂ ਮੁਨਾਫਾ ਖਾ ਰਹੇ ਆ ਲੋਕ ਉਹਨਾਂ ਨੂੰ ਅਸੀਂ ਪਾਸੇ ਕਰਕੇ ਜਿਹੜਾ ਮੁਨਾਫਾ ਉਹ ਆਪਣੇ ਸਾਡੀਆਂ ਜੇਬਾਂ 'ਚ ਪਵੇ। ਇਹ ਉਦੇਸ਼ ਨੂੰ ਅਸੀਂ ਮੁੱਖ ਰੱਖ ਕੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੈ ਅਤੇ ਭਾਰੀ ਜਿਹੜੀ ਗਿਣਤੀ ਸਾਡੇ ਕਿਸਾਨ ਵੀਰ ਦੇ ਪੈਰਾਂ ਦੇ ਹੋਣ ਦੀ ਉਮੀਦ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।